ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਮੈਂ ਬਹੁਤ ਬਹੁਤ ਜ਼ਿਆਦਾ ਖੁਸ਼ ਹਾਂ ਕਿਉਂਕਿ ਅੱਜ ਸਾਡੀ ਮਿਹਨਤ ਰੰਗ ਲੈ ਕੇ ਹੀ ਆ ਵੀਰ ਦੀ ਮਿਹਨਤ ਵੀ ਮੇਰੀ ਮਿਹਨਤ ਵੀ ਤੇ ਸਾਡੀ ਫੈਮਲੀਆਂ ਦੀ ਵੀ ਮਿਹਨਤ ਸੀਗੀ ਉਹਦੇ ਵਿੱਚ ਤੇ ਖੁਸ਼ ਹਾਂ ਮੈਂ ਕਿਸ ਗੱਲ ਕਰਕੇ ਕਿ ਅੱਜ ਇੱਕ ਕੋਰੀਅਰ ਆਇਆ ਮੇਰਾ ਆਹ ਵਾਲਾ ਤੇ ਇਹ ਮੈਂ ਹੁਣ ਅੱਗੋਂ ਦਿਖਾਉਣੀ ਆ ਤੁਹਾਨੂੰ ਸਿਲਵਰ ਪਲੇ ਬਟਨ ਆ ਗਿਆ ਸਾਡਾ ਮਤਲਬ ਮੈਨੂੰ ਇੰਨੀ ਖੁਸ਼ੀ ਹੋ ਰਹੀ ਹੈ ਮੈਂ ਆਪਣੇ ਆਪ ਨੂੰ ਵਿਸ਼ਿਸ ਦੇ ਰਹੀ ਹਾਂ ਕਿ ਮਤਲਬ ਅੱਗੇ ਵੀ ਏਦਾਂ ਹੀ ਕਰਦੀ ਰਹਾਂ ਤੇ ਹਜੇ ਮੈਂ ਜਾ ਰਹੀ ਹਾਂ ਸੰਗਰੂਰ ਕਿਉਂਕਿ ਪਿੰਡ ਆਈ ਸੀ ਮੈਂ ਸੋਨੀਪਤ ਆਈ ਸੀਗੀ ਆਪਣੇ ਸ਼ਹਿਰ ਆਈ ਸੀ ਘਰੇ ਤੇ ਹੁਣ ਆਪਾਂ ਆਪਣਾ ਪਲੇ ਬਟਨ ਲੈ ਕੇ ਚੱਲੇ ਹਾਂ ਸੰਗਰੂਰ ਹੁਣ ਰਸਤੇ 'ਚ ਮਿਲੂਗਾ ਮੈਨੂੰ ਬੀਤ ਬੀਤ ਨੂੰ ਮੈਂ ਹਜੇ ਦੱਸਿਆ ਨਹੀਂ ਆ ਕਿ ਆਪਣਾ ਪਲੇ ਬਟਨ ਆ ਚੁੱਕਿਆ ਹੁਣ ਮੈਂ ਜਾ ਕੇ ਹੀ ਬੀਤ ਨੂੰ ਦਿਖਾਉਣਾ ਫਿਰ ਉਹਦੇ ਰਿਐਕਸ਼ਨ ਦੇਖਦੇ ਹਾਂ ਆਪਾਂ ਕਿੱਦਾਂ ਦੇ ਹੋਣਗੇ ਉਸ ਤੋਂ ਬਾਅਦ ਮਿਲਦੇ ਹਾਂ ਤੁਹਾਨੂੰ ਨੈਕਸਟ ਹਾਂਜੀ ਆਪਾਂ ਨੂੰ ਬੀਤ ਮਿਲ ਚੁੱਕਿਆ ਤੇ ਆਪਾਂ ਹੁਣ ਬੀਤ ਨੂੰ ਦੇਣਾ ਸਰਪ੍ਰਾਈਜ਼ ਹੈਲੋ ਬੀਤ ਕਿੱਦਾਂ ਲੱਗਾ ਹਰਿਆਣੇ ਆ ਕੇ ਕਿੱਦਾਂ ਲੱਗਾ ਇਹਨਾਂ ਕੀ ਕਹਿਣਾ ਹੈ ਤੁਸੀਂ ਹਰਿਆਣੇ ਬੁਰਾ ਹਾਲ ਆ ਮੇਰਾ ਕੀ ਕਹਿਣਾ ਹੈ ਅੱਛਾ ਤਬੀਅਤ ਖਰਾਬ ਆ ਠੀਕ ਤੇ ਅੱਜ ਮੈਂ ਵਲੌਗ ਪਤਾ ਕਿਉਂ ਬਣਾਉਣ ਲੱਗੀ ਆ ਕਿਉਂ ਕਾਹਦਾ ਬਣਾਉਣ ਕਿਉਂਕਿ ਮੈਂ ਤੈਨੂੰ ਸਰਪ੍ਰਾਈਜ਼ ਦੇਣਾ ਮੈਂ ਬਹੁਤ ਖੁਸ਼ ਆ ਤੂੰ ਵੀ ਬਹੁਤ ਖੁਸ਼ ਹੋਏਗਾ ਹਾਂ ਚੰਗਾ ਹੁਣ ਹੈਲੋ ਕਰਦੇ ਹੈਲੋ ਆੜੀ ਠੀਕ ਆ ਦਿਖਾਵਾਂ ਹੁਣ ਕਰ ਜਾ ਨਹੀਂ ਦਿਖਾਉਣੀ ਹੈ ਨਾ ਹੁਣ ਆਪਾਂ ਕਰ ਲਿਆ ਫਰੰਟ ਕੈਮਰਾ ਹਾਂਜੀ ਆਪਾਂ ਕਰ ਲਿਆ ਫਰੰਟ ਕੈਮਰਾ ਤੇ ਆਪਾਂ ਬੀਤ ਨੂੰ ਕੁਛ ਵੀ ਨਹੀਂ ਦਿਖਾਇਆ ਕਿ ਆਪਣੀ ਇਹਦੇ ਵਿੱਚ ਕੀ ਆ ਹੁਣ ਆਪਾਂ ਦਿਖਾਉਣਾ ਬੀਤ ਨੂੰ ਮੈਂ ਬਹੁਤ ਖੁਸ਼ ਹੋਈ ਆ ਇਹ ਆ ਦੇਖ ਸਿਲਵਰ ਪਲੇ ਬਟਨ ਹੈ ਨਾ ਆਪਣੀ ਮਿਹਨਤ ਕੰਮ ਕਰ ਗਈ ਕੰਮ ਰੰਗ ਲੈ ਕੇ ਆਈ ਆ ਤੇ ਮੈਂ ਇਹਨੂੰ ਸਪੈਸ਼ਲ ਹਰਿਆਣੇ ਤੋਂ ਲੈ ਕੇ ਆਈ ਆ ਕਿਉਂਕਿ ਆਪਾਂ ਬਹੁਤ ਸਾਰੀਆਂ ਰੀਲਾਂ ਮਤਲਬ ਮੈਨੂੰ ਬਹੁਤ ਖੁਸ਼ੀ ਹੋਈ ਅੱਜ ਵੀ ਤੈਨੂੰ ਕਿੰਨੀ ਖੁਸ਼ੀ ਹੋਈ ਆ ਬਹੁਤ ਨਾ ਤੇ ਹੁਣ ਆਪਾਂ ਇਹਦੀ ਅਨਬੋਕਸਿੰਗ ਕਿੱਥੇ ਕਰਨੀ ਆ ਕਰੇ ਕਰਾਂਗੇ ਠੀਕ ਆ ਆਪਾਂ ਫੈਮਿਲੀ ਨਾਲ ਕਰਾਂਗੇ ਕਿਉਂਕਿ ਜਦੋਂ ਮੈਂ ਲੈ ਕੇ ਆਈ ਸੀ ਮੰਮਾ ਹੋਣਾ ਮੰਮੀ ਦੀ ਥੋੜ੍ਹੀ ਤਬੀਅਤ ਖਰਾਬ ਸੀਗੀ ਤਾਂ ਕਰਕੇ ਤੇ ਹੁਣ ਆਪਾਂ ਇਹਦੀ ਅਨਬੋਕਸਿੰਗ ਕਰਾਂਗੇ ਸੰਗਰੂਰ ਠੀਕ ਆ ਬਹੁਤ ਸਾਰੇ ਰੀਲਾਂ ਬਣਾ ਬਣਾ ਕੇ ਪਾਉਣੇ ਆਪਾਂ ਠੀਕ ਆ ਤੇ ਆਪਣੀ ਟੀਮ ਨੇ ਵੀ ਕਿਹਾ ਸੀਗਾ ਫੁੱਲ ਡੀਜੇ ਪਿੰਡ ਟੀਮ ਨੇ ਕਿ ਜਦੋਂ ਵੀ ਆਪਣਾ ਸਿਲਵਰ ਪਲੇ ਬਟਨ ਆ ਗਿਆ ਆਪਾਂ ਸਾਰਿਆਂ ਨੇ ਰੀਲਾਂ ਪਾ ਬਣਾ ਬਣਾ ਕੇ ਗਾਹ ਪਾ ਦੇਣਾ ਲੋਕਾਂ ਨੂੰ ਪਤਾ ਲੱਗੇ ਵੀ ਆਪਾਂ ਮਿਹਨਤ ਕਿੰਨੀ ਕੀਤੀ ਆ ਜੁੜੇ ਰਹੋ ਸਾਡੇ ਨਾਲ ਸਾਡਾ ਚੈਨਲ ਕਰਿਆ ਕਰੋ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਵੀ ਕਾਇਆ ਤੇ ਹਰਿਆਣਾ ਦੀ ਧਰਤੀ ਤੇ ਬਿਮਾਰ ਹੋ ਕੇ ਖੰਗ ਲਾ ਕੇ ਆਇਆ ਤੇ ਅੱਜ ਤੁਸੀਂ ਦੇਖ ਹੀ ਸਕਦੇ ਹੋ ਵੀ ਅਸੀਂ ਕਿੰਨੇ ਖੁਸ਼ ਆ ਮੈਂ ਇੰਨੀ ਖੁਸ਼ ਸੀ ਮੈਂ ਵੀਤ ਨੂੰ ਸਰਪ੍ਰਾਈਜ਼ ਦਿੱਤਾ ਕਿ ਵੀਤ ਨੂੰ ਪਤਾ ਹੀ ਨਹੀਂ ਸੀ ਕਿ ਆ ਰਿਹਾ ਮੈਨੂੰ ਤਾਂ ਪਤਾ ਸੀਗਾ ਕਿਉਂਕਿ ਮੇਰੇ ਕੋਲ ਕਾਲ ਆ ਗਈ ਸੀ ਉਹਨਾਂ ਦੀ ਕਿ ਮੈਮ ਤੁਹਾਡਾ ਕੋਰੀਅਰ ਆ ਯੂਟਿਊਬ ਵੱਲੋਂ ਤੇ ਮੈਨੂੰ ਪਤਾ ਲੱਗਿਆ ਸੀ ਕਿ ਪੱਕਾ ਸਿਲਵਰ ਪਲੇ ਬਟਨ ਆ ਜਿਹਦੀ ਮੈਂ ਇੰਨੀ ਵੇਟ ਕਰ ਰਹੀ ਸੀ ਤੇ ਆਪਣੇ ਹੁਣ ਮੇਰੇ ਹਿਸਾਬ ਨਾਲ 1,30,000 ਸਬਸਕ੍ਰਾਈਬਰ ਹੋ ਚੁੱਕੇ ਨੇ ਆਪਣੀ ਯੂਟਿਊਬ ਫੈਮਿਲੀ ਤੇ ਬੀਟ ਤੇ ਵੀ 6-30 ਲੱਖ ਹੋਣ ਵਾਲੇ ਆ ਸਾਡਾ ਇੱਕ ਸਿਲਵਰ ਪਲੇ ਬਟਨ ਹੋਰ ਆਉਣ ਵਾਲਾ ਹੈਗਾ ਹੈ ਨਾ ਨਹੀਂ ਤੇ ਫੇਰ ਵੀ ਆਪਾਂ ਬੈਂਡ ਨਾ ਪਾਰਟੀ ਲੈਣੀ ਆ ਠੀਕ ਆ ਤੇ ਏਦਾਂ ਹੀ ਸਾਨੂੰ ਪਿਆਰ ਦਿੰਦੇ ਰਹੋ ਤੇ ਸਾਡੇ ਨਾਲ ਬਣੇ ਰਹੋ ਤੇ ਹੁਣ ਆਇਆ ਆਪਣਾ ਸਿਲਵਰ ਪਲੇ ਬਟਨ 6-30 ਹੀ ਆਪਣਾ ਗੋਲਡਨ ਵੀ ਆ ਦੇ ਜਦ 10 ਲੱਖ ਹੋਵੇ ਉਹ ਆਪਣਾ ਤੁਸੀਂ ਪਿਆਰ ਕਰਦੇ ਰਹੋ ਤਾਂ ਵੀ ਆਊਗਾ ਫੇਰ ਹੀ ਆਊਗਾ ਅਸੀਂ ਮਿਹਨਤ ਜਾਰੀ ਰੱਖਾਂ ਅਸੀਂ ਆਪਣੀ ਮਿਹਨਤ ਕਰਾਂਗੇ ਤੁਸੀਂ ਆਪਣਾ ਪਿਆਰ ਏਦਾਂ ਹੀ ਬਣਾਏ ਰੱਖਿਓ ਤੇ ਸਾਨੂੰ ਮੋਟੀਵੇਟ ਕਰਦੇ ਰਹੋ ਤੇ ਕੁਛ ਕੁ ਬੰਦੇ ਹੁੰਦੇ ਆ ਜਿਹੜੇ ਵਿਚਾਲੇ ਮਤਲਬ ਕਿ ਗਲਤ ਜੇ ਕਮੈਂਟ ਕਰਦੇ ਨੇ ਵੀ ਤੁਸੀਂ ਹੋਰ ਕੰਮ ਕਰ ਲਓ ਆਹੀ ਕੰਮ ਰਹਿ ਗਿਆ ਤੇ ਦੇਖੋ ਜੀ ਉਸ ਪਹਿਲੀ ਗੱਲ ਤਾਂ ਅਸੀਂ ਕਿਸੇ ਨੂੰ ਰਿਪਲਾਈ ਨਹੀਂ ਕਰਨਾ ਚਾਹੁੰਦੇ ਕਿਸੇ ਦੇ ਜਾਂ ਏਦਾਂ ਦੇ ਸਵਾਲਾਂ ਦਾ ਤੁਸੀਂ ਜਵਾਬ ਨਹੀਂ ਦੇਣਾ ਚਾਹੁੰਦੇ ਕਿਉਂਕਿ ਕਿੰਨੇ ਕੁ ਲੋਕਾਂ ਦਾ ਦਵਾਂਗੇ ਤੇ ਜਿਹੜੇ ਕਹਿੰਦੇ ਨੇ ਵੀ ਤੁਸੀਂ ਕੋਈ ਹੋਰ ਕੰਮ ਕਰ ਲਓ ਤੇ ਉਹਨਾਂ ਨੂੰ ਇੱਕ ਰਿਪਲਾਈ ਆ ਕਿ ਅਸੀਂ ਧੱਕੇ ਨਾਲ ਕਦੇ ਕਿਸੇ ਦੇ ਫੰਕਸ਼ਨ ਤੇ ਨਹੀਂ ਜਾਂਦੇ ਤੇ ਕੋਈ ਵੀ ਸਾਡੀ ਟੀਮ ਮਤਲਬ ਕਿ ਟੀਮ ਹੋ ਗਈ ਜਾਂ ਫਿਰ ਸਾਡੀ ਫੀਲਡ ਹੋ ਗਈ ਕੋਈ ਵੀ ਕੁੜੀ ਕੋਈ ਵੀ ਗਰੁੱਪ ਕੋਈ ਵੀ ਮੁੰਡਾ ਕਿਸੇ ਦੇ ਬਿਨਾਂ ਬੁਲਾਏ ਤੋਂ ਨਹੀਂ ਜਾਂਦੇ ਤੁਸੀਂ ਬੁਲਾਉਂਦੇ ਹੋ ਤਾਂ ਹੀ ਅਸੀਂ ਆਉਂਦੇ ਹਾਂ
ਕੋਈ ਵੀ ਮਾੜਾ ਨਹੀਂ ਹੁੰਦਾ, ਬੰਦੇ ਦੀ ਸੋਚ ਮਾੜੀ ਹੁੰਦੀ ਆ, ਚੰਗੀ ਮਾੜੀ ਸੋਚ ਹੀ ਹੁੰਦੀ ਆ। ਤਾਂ ਅਸੀਂ ਆਪਣੇ ਕੰਮ ਲਈ ਕੰਮ 'ਚ ਬਹੁਤ ਖੁਸ਼ ਹਾਂ, ਕਿਉਂਕਿ ਮੈਨੂੰ ਪਤਾ ਕਿ ਜਿੰਨੀ ਇੱਜ਼ਤ ਮਾਣ ਸਨਮਾਨ ਮੈਨੂੰ ਆਹ ਫੀਲਡ ਦੇ ਵਿੱਚ ਆ ਕੇ ਮਿਲਿਆ, ਇੰਨਾ ਮੈਨੂੰ ਕਦੇ ਪਿੱਛੋਂ ਕਿਤੇ ਵੀ ਨਹੀਂ ਮਿਲਿਆ ਸੀ ਮੈਨੂੰ। ਮਤਲਬ ਕਿ ਤੁਸੀਂ ਸਾਰਿਆਂ ਨੇ ਸਾਨੂੰ, ਜਿਹੜੇ ਸਾਨੂੰ ਪਿਆਰ ਕਰਦੇ ਨੇ, ਤੁਹਾਡੀ ਜੋੜੀ ਨੂੰ ਤੁਸੀਂ ਪਿਆਰ ਕਰਦੇ ਹੋ, ਸਾਨੂੰ ਤੁਹਾਡੇ ਤੋਂ ਇੰਨਾ ਪਿਆਰ ਮਿਲਿਆ, ਇੰਨਾ ਪਿਆਰ ਮਿਲਿਆ ਨਾ ਕਿ ਅਸੀਂ ਮਤਲਬ ਕਿ ਚਾਹ ਕੇ ਵੀ ਆਹ ਫੀਲਡ ਨੂੰ ਛੱਡ ਨਹੀਂ ਸਕਦੇ ਬਿਲਕੁਲ ਵੀ। ਅਤੇ ਇੱਦਾਂ ਹੀ ਪਿਆਰ ਕਰਦੇ ਰਹੋ। ਅਤੇ ਕੁਛ ਕੁ ਹੇਟਰਸ ਹੋਣੇ ਵੀ ਬਹੁਤ ਜ਼ਰੂਰੀ ਨੇ, ਕਿਉਂਕਿ ਜਿੱਥੇ ਸੱਚਾਈ ਹੁੰਦੀ ਆ ਉੱਥੇ ਬੁਰਾਈ ਵੀ ਹੁੰਦੀ ਆ, ਜਿੱਥੇ ਅੱਛਾਈ ਹੁੰਦੀ ਉੱਥੇ ਬੁਰਾਈ ਵੀ ਹੁੰਦੀ ਆ, ਅਤੇ ਅੱਛਾਈ ਬੁਰਾਈ ਇੱਦਾਂ ਹੀ ਚੱਲਦੀਆਂ ਰਹਿੰਦੀਆਂ ਨੇ। ਅਤੇ ਤੁਸੀਂ ਆਪਣਾ ਕੰਮ ਕਰੋ, ਅਸੀਂ ਆਪਣਾ ਕੰਮ ਕਰਾਂਗੇ, ਅਤੇ ਜਿਹੜੇ ਹੇਟਰਸ ਨੇ ਉਹ ਵੀ ਆਪਣਾ ਕੰਮ ਕਰਨਗੇ, ਕਿਉਂਕਿ ਫਿਰ ਹੀ ਆਪਾਂ ਨੂੰ ਪਤਾ ਲੱਗੂ ਵੀ ਆਪਣੀ ਸਕਸੈਸ ਹੋ ਰਹੀ ਆ। ਕਿਉਂਕਿ ਹੁੰਦੇ ਨੇ ਕਹਾਵਤ ਵੀ, ਅਤੇ ਜਦੋਂ ਨਫ਼ਰਤ ਹੋਣ ਲੱਗ ਜੇ ਤਾਂ ਸਮਝ ਲਓ ਵੀ ਚੜ੍ਹਾਈ ਹੋਣ। ਹਾਂ, ਜਦੋਂ ਬਦਨਾਮੀ ਤੇ ਗੱਲਾਂ ਹੋਣ ਲੱਗ ਜੇ ਤੇ ਸਮਝੋ ਵੀ ਤੁਹਾਡੀ ਤਰੱਕੀ ਹੋ ਰਹੀ ਆ, ਤੇ ਆਪਾਂ ਨੂੰ ਤਾਂ ਪਤਾ ਹੀ ਆ। ਤੇ ਜੁੜੇ ਰਹੋ ਸਾਡੇ ਚੈਨਲ ਨਾਲ। ਬਾਕੀ ਸਾਡੀ ਲੜਾਈ ਇੱਥੋਂ ਵਾਲਿਆਂ ਨਾਲ ਨਹੀਂ, ਉੱਤੇ ਵਾਲਿਆਂ ਨਾਲ। ਅਜੇ ਅਸੀਂ ਬਹੁਤ ਉੱਤੇ ਜਾਣਾ। ਬਿਲਕੁਲ ਜੀ, ਆਪਾਂ ਕਿਸੇ ਨਾਲ ਕੋਈ ਆਪਣੀ ਕੋਈ ਨਾ ਤਾਂ ਮਤਲਬ ਕਿ ਲੜਾਈ ਝਗੜਾ ਕਿਸੇ ਨਾਲ ਕੁਛ ਨਹੀਂ ਹੈਗਾ, ਸਾਰਿਆਂ ਨਾਲ ਪਿਆਰ ਆ। ਤੇ ਸਾਨੂੰ ਇੰਨਾ ਵੀ ਪਤਾ ਵੀ ਅਸੀਂ ਤੁਹਾਡੇ ਕਰਕੇ ਬਣੇ ਆ, ਕਿਉਂਕਿ ਜੇ ਤੁਸੀਂ ਨਹੀਂ, ਤੁਸੀਂ ਸਾਨੂੰ ਪਿਆਰ ਨਹੀਂ ਕਰੋਗੇ ਤਾਂ ਅਸੀਂ ਕੁਛ ਵੀ ਨਹੀਂ ਹੈਗੇ ਆ। ਤੇ ਬਸ ਅਸੀਂ ਤਾਂ ਇੱਕ ਹੀ ਗੱਲ ਕਹਿੰਦੇ ਆ, ਇੱਦਾਂ ਹੀ ਸਪੋਰਟ ਬਣਾਈ ਰੱਖੋ ਆਪਣੀ, ਤੇ ਇੱਕ ਮਾਂ ਬਾਪ ਦਾ ਪਿਆਰ ਦੇ ਕੇ ਤੁਹਾਡਾ ਬਿਲਕੁਲ ਜੀ ਇੱਥੋਂ ਤੱਕ ਲੈ ਕੇ ਆ ਗਿਆ, ਤੇ ਅੱਗੇ ਵੀ ਅਸੀਂ ਬਹੁਤ ਦੂਰ ਤੱਕ ਜਾਣਾ, ਬਹੁਤ ਉੱਪਰ ਤੱਕ ਜਾਣਾ ਜੇ ਤੁਸੀਂ ਇੱਦਾਂ ਹੀ ਸਾਥ ਦੇ ਨਾਲ ਰਹੇ ਤਾਂ। ਵਰਡ ਨਾਲ ਸਾਡੀ ਲੜਾਈ ਆ, ਸਾਡੀ ਇੰਡੀਆ ਨਾਲ ਨਹੀਂ ਹੈਗੀ। ਦੂਜੇ ਚੈਨਲ ਤੇ ਛੇਤੀ ਛੇਤੀ ਲੱਖ ਕਰ ਦੋ, ਉਹ ਤੇ ਕਿੰਨੇ ਹੋ ਗਏ ਵੀ, 94 ਉੱਤੇ 94,000 ਹੋ ਚੁੱਕੇ ਨੇ, 94K। ਛੇਤੀ ਹੀ ਉਹਤੇ ਵੀ ਉਹ ਹੈਗਾ ਓਨਲੀ ਬਲਾਸਟਰ ਜੋੜੀ, ਇਹ ਵਾਲਾ ਹੈਗਾ ਬਲਾਸਟਰ ਜੋੜੀ ਕਾਜਲ, ਤੇ ਜਿਹੜਾ ਦੂਜੇ ਵਾਲਾ ਸਾਡਾ ਵੀਡੀਓਜ਼ ਵਾਲਾ, ਅਸੀਂ ਉਹਤੇ ਸਿਰਫ ਆਪਣੇ ਪਰਫੋਰਮੈਂਸ ਦੀਆਂ ਵੀਡੀਓਜ਼ ਪਾਉਂਦੇ ਹਾਂ, ਇਹ ਤੇ ਅਸੀਂ ਵਲੌਗ ਪਾਉਂਦੇ ਹਾਂ, ਤੇ ਉਹਦੇ ਵੀ ਛੇਤੀ ਛੇਤੀ ਲੱਖ ਕਰ ਦਿਓ, ਤਾਂ ਕਿ ਸਾਡਾ ਦੂਜਾ ਵੀ ਆਹ ਹੀ ਜਿਹੜੀ ਖੁਸ਼ੀ ਹੁਣ ਸਾਨੂੰ ਹੋ ਰਹੀ ਆ, ਇਹ ਖੁਸ਼ੀ ਅਸੀਂ ਦੁਬਾਰਾ ਦੇਖ ਸਕੀਏ, ਤੇ ਇੱਦਾਂ ਦੇ ਦਿਨ ਸਾਡੀ ਲਾਈਫ 'ਚ ਵਾਰੀ ਵਾਰੀ ਆਉਂਦੇ ਰਹਿਣ ਫਟਾਫਟ। ਡਾਂ ਡਾਂ ਡਾਂ, ਠੀਕ ਆ ਜੀ, ਬਣੇ ਰਹੋ ਸਾਡੇ ਚੈਨਲ 'ਤੇ, ਲਾਈਕ ਕਰ ਦਿਓ, ਸ਼ੇਅਰ ਕਰ ਦਿਓ, ਸਬਸਕ੍ਰਾਈਬ ਕਰ ਦਿਓ, ਤੇ ਹੁਣ ਮਿਲਦੇ ਹਾਂ ਅਨਬੋਕਸਿੰਗ ਨਾਲ। ਲਓ ਵੀ ਮਿੱਤਰੋ, ਖੁੱਲਣ ਲੱਗੇ ਆ, ਪੁੱਠਾ ਗਾ ਐਡੀ ਪਹਿਲੀ ਕਮਾਈ, ਸਾਡੀ YouTube ਦੀ ਪਹਿਲੀ ਕਮਾਈ ਆ ਚੁੱਕੀ ਆ, ਉਹ ਹੈਗੀ ਆ ਪਲੇ ਬਟਾ। ਕਿਆ ਬਾਤ ਹੈ, ਬਲਾਸਟਰ ਜਿਹੜੀ ਕਿੰਨਾ ਖੁਸ਼ ਆ ਵੀ, ਤੇ ਚੜਾਈਆਂ ਨੇ ਚੜਾਈਆਂ ਨੇ, ਇਹ YouTube ਵਾਲਿਆਂ ਨੇ ਸਾਨੂੰ ਅਵਾਰਡ ਦਿੱਤਾ, ਅਵਾਰਡ ਦਿੱਤਾ ਵੀ ਤੁਹਾਡਾ ਘੈਂਟ ਹੀ ਚੱਲ ਰਹੀਆਂ ਵੀਡੀਓ ਬੋਲ। ਅੱਛਾ, ਮੋਟਾ ਹੋ ਜੋ ਦੋਨੇ ਜਣੇ, ਮੋਟੇ ਹੋ ਜੀ, ਅਜੇ ਗੋਲਡਨ ਲੈਣਾ ਹੈ ਤਾਂ, ਹੋਰ ਇੱਕ ਗੋਲਡਨ ਵੀ ਆਊਗਾ ਇਹਦੇ ਨਾਲ ਦਾ। ਹੋਰ ਕੁਛ ਕੀ ਆ, ਡਾਇਮੰਡ ਆਊਗਾ, ਗੋਲਡਨ ਆਊਗਾ। ਲੈ ਹੁਣ ਮੈਂ ਲੈ ਵੀ ਕਾਜਲ ਇੱਧਰ ਦੇਖੋ, ਟਿੱਬਿਆਂ ਦਾ ਪੁੱਤ ਉਸਤਾਦ, ਤੇਰੇ ਵਾਂਗੂ ਚੜ੍ਹਾਈ ਕਰਨੀ ਆ। ਤੇਰੇ ਵਾਂਗੂ ਦੇਖ, ਤੇਰੇ ਵਾਂਗੂ ਦੁਨੀਆਂ ਦੇ ਨਾ ਗੁੰਜਾ ਲਾਉਣਾ।
तमन्ना दिल्ली स्ताजी हमेशा तू दिला चा ऐदा फोटो लगूगी ना लेकिन हैगा सी रहेगा हमेशा ब्लास्टर जोड़ी आजा काजल भी है नाल ओए खुशी हो रही है मतलब बहुत सारी हेलो हाँ जी तो ये थैंक यू सो मच ये सिर्फ ताड़ी बदौलता तो सीरियसली मैं बहुत खुश हाँ मैं अज मेरी खुशी का ठिकाना नहीं है तो हूँ मैं मम्मी नू मिस कर रही हाँ बेसिक मैं घरों अज ही आई हाँ लेकिन मैं हाँ हाँ जी ते बेशक मैं अज ही आई हाँ वैसे पर फिर भी मैं मिस कर रही हाँ मिस यू मम्मी एंड वैसे फैमिली ऑलवेज नाल होंगी मेरे ते बस हूँ होर मैं कुछ भी नहीं कहना चाहती क्योंकि हूँ मैं कुछ समझ ही नहीं आ रहा दिमाग से नहीं मेरे कुछ भी आ रहा ते इदा ही चैनल पर बने रहो लाइक करो शेयर करो सब्सक्राइब करो थैंक यू।